ਸਾਡਾ ਤਾਂ ਜੀ ਨਹੀਂ ਕਰਦਾ ਵੋਟ ਪਾਉਣ ਦਾ। ਸਾਰੇ ਅਫਸਰ ਵੀ ਇੰਨੇ ਬੇਸ਼ਰਮ ਹੈ, ਮੈਂ ਤਾਂ ਖੁਦ ਕਹਿੰਦਾ ਚਾਹ ਮੈਂ ਫੇਸ ਟੂ ਫੇਸ ਲਾਈਵ ਕਹਿ ਰਿਹਾ, ਮੈਂ ਤਾਂ ਸਾਰੇ ਅਫਸਰ ਵੀ ਬੇਸ਼ਰਮ ਹੈ। SP DSP ਸਾਰੇ SHO DSP ਸਭ ਨਿਕਲ ਜਾਂਦੇ ਥੱਲੇ, ਸ਼ੀਸ਼ਾ ਚੱਕਦੇ ਆ, ਮੁੜ ਕੇ ਨਿਕਲ ਦੇਖਦੇ ਨੇ। ਜਾਂ ਤਾਂ ਇਹ ਸਾਡੇ ਨਾਲ ਮਜ਼ਾਕ ਕਰਦੇ ਆ ਜਾਂ ਇਹਨਾਂ ਨੇ ਸਾਨੂੰ ਮੂਰਖ ਸਮਝ ਲਿਆ। ਪਰ ਮੈਂ ਆਪਣਾ ਦੇਖ ਲਿਆ, ਮੈਂ ਤਾਂ ਬਹੁਤ ਗਲਤ ਰਸਤਾ ਚੁਣਿਆ ਹੋਇਆ। ਇਟਸ ਟੂ ਮਚ, ਇੱਥੇ ਮੈਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ 'ਚ ਕੋਈ ਵੀ NRI ਭਾਈਚਾਰਾ ਰਹਿਣਾ। ਸਤਿ ਸ਼੍ਰੀ ਅਕਾਲ, ਦਾ ਖਾਲਸ TV ਦੇਖ ਰਹੇ ਹੋ ਤੁਸੀਂ। ਅਸੀਂ ਇਲੈਕਸ਼ਨ ਕਵਰੇਜ ਜਦੋਂ ਕਰ ਰਹੇ ਹਾਂ ਤਾਂ ਪਟਿਆਲਾ ਹਲਕੇ ਦੇ ਜ਼ੀਰਕਪੁਰ ਦੇ ਵਿੱਚ ਅੱਜ ਮੈਂ ਪਹੁੰਚੀ ਹਾਂ ਜਿੱਥੇ, ਅਤੇ ਇੱਥੇ ਇਹ ਵੀ ਮੈਂ ਦੱਸਣਾ ਚਾਹੂੰਗੀ ਕਿ ਇੱਥੇ ਸਾਨੂੰ ਖਾਸ ਤੌਰ 'ਤੇ ਬੁਲਾਇਆ ਗਿਆ ਕਿਉਂਕਿ ਇੱਥੇ NRIs ਜਿਹੜੇ ਨੇ ਕੈਨੇਡਾ ਤੋਂ ਇੱਥੇ ਆਏ ਜ਼ੀਰਕਪੁਰ ਦੇ ਵਿੱਚ, ਅਤੇ ਉਹਨਾਂ ਨੇ ਇੱਥੇ ਆ ਕੇ ਕੁਝ ਮਸਲੇ ਵੇਖੇ ਜ਼ੀਰਕਪੁਰ ਦੇ ਕਿ ਉਹ ਉਵੇਂ ਦੇ ਉਵੇਂ ਹੀ ਨੇ। ਅਸੀਂ ਬਾਹਰ ਵੀ ਜਾ ਕੇ ਆ ਗਏ, ਇੱਥੇ ਵੀ ਵਾਪਸ ਇੱਥੇ ਆ ਗਏ ਹਾਂ, ਅਤੇ ਲਿਖ ਵੀ ਚੁੱਕੇ ਹਾਂ, ਅਫਸਰਾਂ ਨੂੰ ਲਿਖ ਚੁੱਕੇ ਹਾਂ, CM ਤੱਕ ਆਪਣੀ ਅਪੀਲ ਲਗਾ ਚੁੱਕੇ ਨੇ, ਪਰ ਕਿਸੇ ਨੇ ਵੀ ਉਹਨਾਂ ਦੀ ਗੱਲ ਨਹੀਂ ਸੁਣੀ। ਇਸ ਕਰਕੇ ਫਿਰ ਉਹਨਾਂ ਨੇ ਮੀਡੀਆ ਨੂੰ ਬੁਲਾਇਆ ਕਿ ਤੁਸੀਂ ਆਓ, ਤੁਸੀਂ ਸਾਡੀ ਗੱਲ ਸੁਣੋ, ਅਤੇ ਉਸੇ ਦੇ ਬਾਰੇ ਅਸੀਂ ਗੱਲਬਾਤ ਕਰਨ ਲਈ ਆਏ ਹਾਂ। ਜ਼ੀਰਕਪੁਰ ਦੇ ਬਿਸ਼ਨਪੁਰਾ ਇਲਾਕੇ ਦੇ ਵਿੱਚ ਮੈਂ ਹੈਗੀ ਹਾਂ, ਅਤੇ ਜਿਸ ਮਸਲੇ ਦੀ ਅਸੀਂ ਗੱਲ ਕਰਾਂਗੇ ਉਹ ਇੱਕ ਸੜਕ ਹੈ, ਟੁੱਟੀ ਹੋਈ ਸੜਕ, ਜਿਸ ਨੂੰ ਬਣਾਉਣ ਦੇ ਲਈ ਜਾਂ ਜਿਸ ਨੂੰ ਬਣਵਾਉਣ ਦੇ ਲਈ ਇੱਥੋਂ ਦੇ ਲੋਕ ਜੱਦੋਜਹਿਦ ਕਰ ਰਹੇ ਨੇ। ਖਾਸ ਤੌਰ 'ਤੇ ਜਿਹੜੇ NRI ਬਾਹਰੋਂ ਵੀ ਆਏ ਨੇ ਉਹ ਵੀ ਜੱਦੋਜਹਿਦ ਕਰ ਰਹੇ ਨੇ। ਸਾਡੇ ਨਾਲ ਇਸ ਸਮੇਂ ਗੁਰਵਿੰਦਰ ਜੀ ਨੇ। ਗੁਰਵਿੰਦਰ ਜੀ, ਤੁਸੀਂ ਕੈਨੇਡਾ ਤੋਂ ਆਏ ਹੋ? ਹਾਂਜੀ, ਮੈਂ ਕੈਨੇਡਾ ਤੋਂ ਆਇਆ। ਹਾਂ, ਪਹਿਲਾਂ ਮੈਨੂੰ ਇਹ ਦੱਸਿਓ ਕਿ ਤੁਹਾਨੂੰ ਕਿਉਂ ਲੱਗਿਆ ਵੀ ਇਹ ਇਸ਼ੂ ਨੂੰ ਤੁਸੀਂ ਮੀਡੀਆ ਸਾਹਮਣੇ ਲੈ ਕੇ ਆਉਣਾ? ਅਸੀਂ ਜ਼ੀਰਕਪੁਰ ਦੇ ਜੱਦੀ ਨਿਵਾਸੀ ਹੈਗੇ, ਮਤਲਬ ਮੈਂ 35 ਸਾਲ ਦੀ ਏਜ ਹੈ ਅਤੇ ਮੈਂ ਇੱਥੇ ਹੀ ਬੋਰਨ ਐਂਡ ਬ੍ਰੌਟ ਅਪ ਹੋਇਆ, ਅਤੇ ਅਸੀਂ ਉਹ ਜ਼ੀਰਕਪੁਰ ਦੇਖਿਆ ਹੋਇਆ ਜਿੱਥੇ ਬੜਾ ਹੀ ਪਲੈਜ਼ੈਂਟ ਮਾਹੌਲ ਹੁੰਦਾ ਸੀਗਾ, ਰੋਡ ਨੈਟਵਰਕ ਚਾਹੇ ਛੋਟੇ ਸੀਗੇ ਪਰ ਬੜੇ ਸਟ੍ਰੀਮ ਲਾਈਨ ਹੁੰਦੇ ਸੀਗੇ। ਪਰ ਹੁਣ ਜਿੰਦਾ ਅਨਸਸਟੇਨੇਬਿਲਟੀ ਡਿਵੈਲਪਮੈਂਟ ਅਸੀਂ ਦੇਖ ਰਹੇ ਹਾਂ ਕਿ ਹੋ ਰਹੀ ਹੈ ਜ਼ੀਰਕਪੁਰ ਦੇ ਵਿੱਚ, ਰੋਡ ਨੈਟਵਰਕਸ ਫਿਰ ਉੱਥੋਂ ਦੇ ਉੱਥੇ ਦੇ ਸਾਡੇ ਉੱਥੇ ਕਿਹਾ ਜਾਂਦਾ ਕਿ ਸਿਟੀ ਸੈਂਟਰ, ਜਿੱਥੇ ਕਮੇਟੀ ਦਾ ਅਫਸਰ ਦਫ਼ਤਰ ਹੁੰਦਾ ਉਹਨੂੰ ਕਹਿਣਾ ਸਿਟੀ ਸੈਂਟਰ ਕਿਹਾ ਜਾਂਦਾ, ਠੀਕ ਹੈ। ਸਿਟੀ ਸੈਂਟਰ ਦੀ ਅਪਰੋਚ ਰੋਡ ਇੰਨੀ ਕੁ ਵਧੀਆ ਹੋਣੀ ਚਾਹੀਦੀ ਕਿ 100 ਬੰਦਾ ਵੀ ਜੇ ਉੱਥੇ ਆ ਕੇ ਅਕੋਮੋਡੇਟ ਕਰਨਾ ਚਾਹੇ ਉਹ ਕਰ ਸਕੇ। ਹੁਣ ਸਾਡੇ ਵਰਗੇ ਬੰਦੇ ਜਿਹੜੇ ਬਾਹਰੋਂ ਆਉਂਦੇ ਨੇ, ਸਾਨੂੰ 100 ਚੀਜ਼ਾਂ ਦੀ ਲੋੜ ਹੈ। ਇਸੇ ਰੋਡ ਦੇ ਉੱਤੇ ਤੁਸੀਂ ਦੇਖੋਗੇ ਪੁਲਿਸ ਸਟੇਸ਼ਨ ਹੈ, ਜੇ ਕਿਸੇ ਨੇ ਪੁਲਿਸ ਕਲੀਅਰੈਂਸ ਕਰਾਉਣੀ ਹੈ ਆਪਣੀ ਜਾਂ ਕੋਈ ਕੰਪਲੇਂਟ ਲਿਖਾਉਣੀ ਹੈ ਜਾਂ ਕੋਈ ਚੱਕਰ ਪੈ ਗਿਆ ਤਾਂ ਅਸੀਂ ਜਾਣਾ ਪੈਂਦਾ। ਇਸੇ ਰੋਡ ਐਂਡ ਦੇ ਉੱਤੇ ਮਿਊਨਿਸਪਲ ਕਮੇਟੀ ਆਫਿਸ ਹੈਗਾ ਜਿੱਥੇ ਤੁਹਾਨੂੰ ਤਹਿਸੀਲਦਾਰ ਜੀ ਬੈਠੇ ਦੇਖਣਗੇ ਜਾਂ ਤੁਹਾਨੂੰ ਟਾਊਨ ਪਲੈਨਰਸ ਦੇਖਣਗੇ, ਐਗਜ਼ੀਕਿਊਟਿਵ ਆਫਿਸਰਸ ਦੇਖਣਗੇ, ਸਾਰੇ ਜਿਹੜਾ ਸਟਾਫ ਜਿਹੜਾ ਜਿਹਦੇ ਨਾਲ ਜ਼ੀਰਕਪੁਰ ਸਿਟੀ ਰਨ ਕਰਦੀ ਹੈਗੀ ਹੈ। ਇਸੇ ਰੋਡ ਦੇ ਉੱਤੇ ਤੁਹਾਨੂੰ ਗਊਸ਼ਾਲਾ ਦਿਖੇਗੀ, ਜਿਹੜੇ ਧਾਰਮਿਕ ਸੰਬੰਧ ਰੱਖਦੇ ਨੇ ਉੱਥੇ ਉਹ ਵਿਜ਼ਿਟ ਕਰਨਾ ਚਾਹੁੰਦੇ, ਸ਼ਮਸ਼ਾਨ ਘਾਟ ਇੱਥੇ ਹੈਗਾ। ਇੱਥੇ ਮੋਸਟ ਪ੍ਰੋਮੀਨੈਂਟ ਚੀਜ਼ਾਂ ਨੇ, ਇਹ 500 ਮੀਟਰ ਦਾ ਸਟ੍ਰੈਚ, ਜੇ 500 ਮੀਟਰ ਦੇ ਸਟ੍ਰੈਚ ਦੇ ਵਿੱਚ ਆਪਣੀ ਨਾ ਹੋ ਗਈ ਹੈ, ਨਹੀਂ ਸਾਡੀ ਗੱਡੀ ਚੱਲ ਪਾ ਰਹੀ, ਪੀਕ ਆਵਰਸ ਦੀ ਗੱਲ ਕਰੋ, ਤੁਸੀਂ ਇੱਥੋਂ ਇਹ ਨਹੀਂ ਸੋਚ ਸਕਦੇ ਕਿੱਧਰੋਂ ਆ ਕੇ ਤੁਹਾਨੂੰ ਗੱਡੀ ਨੇ ਹਿੱਟ ਕਰ ਦੇਣਾ। ਇਹ 'ਚ ਕੋਈ ਪੋਲੀਟੀਕਲ ਏਜੰਡਾ ਹੈ ਨਹੀਂ, ਇਹ 'ਚ ਕੋਈ ਐਗਜ਼ਾਜਰੇਸ਼ਨ ਨਹੀਂ, ਇਹ ਰੀਅਲ ਫੈਕਟ ਹੈ। ਹੁਣ ਵੀ ਤੁਸੀਂ ਪਿੱਛੇ ਦੇਖੋਗੇ ਇਹੀ ਕੁਛ ਹੋ ਰਿਹਾ, ਅਤੇ ਜਿੰਨੀ ਰੋਡ ਸਟ੍ਰੈਚ ਹੈ 500 ਮੀਟਰ ਦੀ, ਕਮੇਟੀ ਨੂੰ 2 ਰਸਤੇ ਜਾਂਦੇ ਨੇ, ਇੱਕ ਰਾਈਟ ਸਿੱਧਾ ਸਟ੍ਰੇਟ, ਇੱਕ ਥੋੜ੍ਹਾ ਜਿਹਾ ਰਾਈਟ ਟਰਨ ਲੈ ਕੇ, ਦੋਨੋਂ ਹੀ ਅਪਰੋਚਿੰਗ ਰੋਡ ਬਿਲਕੁਲ ਮੰਦੇ ਹਾਲਤ 'ਚ ਨੇ। ਬਜ਼ੁਰਗ ਇੱਥੇ ਕੋਈ, ਜੇ ਕੋਈ ਵੀਲਚੇਅਰ ਵਾਲਾ ਹੈਗਾ ਉਹ ਬਿਲਕੁਲ ਟਰੈਵਲ ਨਹੀਂ ਕਰ ਸਕਦਾ, ਜੇ ਕਿਸੇ ਨੇ ਗੁਰਦੁਆਰਾ ਸਾਹਿਬ ਜਾਣਾ ਉਹ ਬਿਲਕੁਲ ਟਰੈਵਲ ਨਹੀਂ ਕਰ ਸਕਦਾ, ਤੁਸੀਂ ਇਕੱਲੇ ਬਜ਼ੁਰਗ ਨੂੰ ਭੇਜ ਨਹੀਂ ਸਕਦੇ। ਬਹੁਤ ਅਨਸੇਫ ਡੇਂਜਰਸ ਇਨਵਾਇਰਮੈਂਟ ਬਣਿਆ ਹੋਇਆ ਡਾਊਨ ਦਾ ਲਾਈਨ। ਹੁਣ ਜੁਲਾਈ ਆ ਰਿਹਾ, ਇੱਥੇ ਮੌਨਸੂਨ ਦਾ ਬਹੁਤ ਜ਼ਿਆਦਾ, ਪਿੱਛੇ ਫਲੱਡ ਵੀ ਰਹੇ ਆ ਜੁਲਾਈ 'ਚ, ਐਡੇ ਐਡੇ ਖੱਡੇ ਆ ਜੀ, ਹੁਣ ਤਾਂ ਫਿਰ ਵੀ ਵਿਜ਼ੀਬਲ ਸਟੇਟ 'ਚ ਨੇ ਪਰ ਜਦੋਂ ਮੀਂਹ ਪੈ ਗਿਆ ਬਿਲਕੁਲ ਇਨਵਿਜ਼ੀਬਲ ਹੋ ਜਾਂਦੇ ਆ, ਅਤੇ ਇੱਥੇ ਕਿੰਨੇ ਹੀ ਹਾਦਸੇ ਹੋਣੇ ਆਪਾਂ ਨੂੰ ਇਹ ਵੀ ਅੰਦਾਜ਼ਾ ਲਾਉਣਾ ਮੁਸ਼ਕਿਲ ਹੋ ਜੂਗਾ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਇਹ ਰੋਡ ਐਵੇਂ ਟੁੱਟੀ ਹੋਈ ਆ, ਇੱਥੋਂ ਤੁਸੀਂ ਕਿਹਾ ਵੀ ਸਾਰੇ ਅਫਸਰ ਲੰਘਦੇ ਨੇ, MC ਦੇ ਜਿੰਨੇ ਵੀ ਕਮੇਟੀ ਮੈਂਬਰਸ ਨੇ ਉਹ ਸਾਰੇ ਲੰਘਦੇ ਨੇ, ਉਹਨਾਂ ਨੂੰ ਦਿਖ ਨਹੀਂ ਰਿਹਾ ਜਾਂ ਫਿਰ ਉਹਨਾਂ ਤੱਕ ਸ਼ਿਕਾਇਤਾਂ ਪਹੁੰਚੀਆਂ ਨੇ, ਅਣਗੌਲਿਆਂ ਕੀਤਾ ਜਾ ਰਿਹਾ? ਇਹ 7 ਤੋਂ 8 ਸਰਕਾਰੀ ਅਦਾਰਿਆਂ ਨੂੰ ਰੋਡ ਅਪਰੋਚ ਕਰਦੀ ਹੈ 500 ਮੀਟਰ ਦਾ ਸਟ੍ਰੈਚ, ਇਹ ਵੀ ਥੋੜ੍ਹਾ ਮੈਂ ਜ਼ਿਆਦਾ ਹੀ ਕਹਿ ਰਹਾ ਹਾਂ, 480 ਤੋਂ 460 ਮੀਟਰ ਹੋਊਗਾ। ਆਈ ਹੈਵ ਆਲਰੇਡੀ, ਮੈਂ ਜਿਹੜੇ ਇੱਥੋਂ ਦੇ ਕਮੇਟੀ ਮੈਂਬਰਸ ਨੇ, ਜਿਹੜੀ ਇਹਨਾਂ ਦੀ ਮਿਊਨਿਸਪਲ ਕਾਰਪੋਰੇਸ਼ਨ ਹੈ, ਭਗਵੰਤ ਮਾਨ ਸਾਹਿਬ, CMO ਕੰਪਲੇਂਟ ਸੈਂਟਰ ਜਿਹੜਾ ਉਹਨਾਂ ਨੇ ਚਲਾਇਆ ਹੋਇਆ ਈਮੇਲ 'ਤੇ, ਉਹਨਾਂ ਨੂੰ ਮੈਂ ਅਪ੍ਰੈਲ ਦਾ ਲਿਖੀ ਜਾਂਦਾ
ਉਹਨਾਂ ਨੇ ਮੈਨੂੰ ਰਿਸਪੋਂਸ ਤਾਂ ਜ਼ਰੂਰ ਦਿੱਤਾ ਕਿ ਅਸੀਂ ਤੁਹਾਡੀ ਕੰਪਲੇਂਟ ਨੂੰ ਐਕਨੋਲੇਜ ਕਰਦੇ ਹਾਂ, ਉਹ ਸਿਰਫ ਐਕਨੋਲੇਜਮੈਂਟ ਤੱਕ ਹੀ ਹੈ, ਉਹ ਤੋਂ ਬਾਅਦ ਕੋਈ ਉਹਦੇ 'ਤੇ ਕਾਰਵਾਈ ਹੈ। ਇਹ ਬੇਸਿਕ ਅਮੈਨਿਟੀਜ਼ ਦੇ ਆਪਾਂ ਸਿਰਫ ਡਿਮਾਂਡ ਕਰ ਰਹੇ, ਕੋਈ ਕੰਪਲੇਨ ਨਹੀਂ ਹੈ, ਅਸੀਂ ਐਫਰਟ ਲਾ ਰਹੇ ਹਾਂ ਕਿ ਤੁਹਾਡਾ ਇਹ ਨਜ਼ਰ ਇੱਥੇ ਪਏ ਅਤੇ ਤੁਸੀਂ ਇਹਨੂੰ ਠੀਕ ਕਰੋ। ਇਹੀ ਸਾਡਾ ਮੁੱਦਾ ਹੈ, ਇਹੀ ਸਾਡਾ ਰੋਲ ਹੈ। ਇਹ ਕਿੰਨੇ ਟਾਈਮ ਤੋਂ ਹੋ ਰਿਹਾ, ਤੁਸੀਂ ਕਿੰਨੀ ਵਾਰ ਇੱਥੇ ਆ ਗਏ ਅਤੇ ਹਰ ਵਾਰ ਇਹ ਹਾਲ ਦੇਖ ਰਹੇ ਹੋ? ਮੈਂ ਲਾਸਟ ਟਾਈਮ ਜੁਲਾਈ 'ਚ ਆਇਆ ਸੀਗਾ, ਜੁਲਾਈ 2023 'ਚ, ਉਦੋਂ ਵੀ ਇਹੀ ਹਾਲ ਸੀ, ਹੁਣ ਉਹਦੀ ਸਥਿਤੀ ਹੋਰ ਜ਼ਿਆਦਾ ਮਾੜੀ ਹੈ ਅਤੇ ਮੈਂ ਐਕਸਪੈਕਟ ਕਰਦਾ ਜੇ ਇੱਦਾਂ ਹੀ ਚੱਲਦਾ ਰਿਹਾ ਤਾਂ ਡਾਊਨ ਦ ਲਾਈਨ ਬਹੁਤ ਜ਼ਿਆਦਾ ਮਾੜਾ ਹਾਲ ਨੂੰ ਆਪਾਂ ਸਫਰ ਕਰਦੇ। ਠੀਕ ਹੈ, ਤੁਹਾਡਾ ਨਾਮ ਕੀ ਹੈ? ਸਤਿ ਸ਼੍ਰੀ ਅਕਾਲ ਮੈਮ, ਮੈਂ ਹਰਪ੍ਰੀਤ ਕੌਰ ਜੀ। ਤੁਸੀਂ ਵੀ ਇਸੇ ਏਰੀਆ ਦੇ? ਹਾਂਜੀ, ਮੈਂ ਪ੍ਰੋਫੈਸ਼ਨਲੀ ਟੀਚਰ ਹੈਗੀ ਹਾਂ, ਟੀਚਿੰਗ ਕਰਦੀ ਹਾਂ ਚੰਡੀਗੜ੍ਹ ਸਕੂਲ 'ਚ, ਬਟ ਮੈਨੂੰ ਵੀ ਬਹੁਤ ਰਿਗਰੈਟ ਹੈ ਮੈਮ। ਮੈਂ ਅਸੀਂ ਬੱਚਿਆਂ ਨੂੰ ਨਾ ਪੰਜਾਬੀ ਵਿੱਚ ਪੜ੍ਹਾਉਂਦੇ ਹੁੰਦੇ ਹਾਂ ਕਿ ਰਸਤਾ ਉਹ ਚੁਣੋ ਜਿਹੜਾ ਸਕਸੈਸ ਵੱਲ ਲੈ ਕੇ ਜਾਏ, ਪਰ ਮੈਂ ਆਪਣਾ ਦੇਖ ਗਿਆ, ਮੈਂ ਤਾਂ ਬਹੁਤ ਗਲਤ ਰਸਤਾ ਚੁਣਿਆ ਹੋਇਆ। ਸਵੇਰੇ ਉਹਨਾਂ ਦੇ ਮੈਡਮ ਖੁਦ ਉਲਝੇ ਹੋਣੇ ਰਸਤੇ ਹੋਏ ਹੁੰਦੇ ਆ, ਅਤੇ ਤਿੰਨ ਤਿੰਨ ਘੰਟੇ ਮੈਂ ਸਕੂਲ ਟਾਈਮ ਮੇਰਾ 8 ਵਜੇ ਦਾ ਸੀ ਅਤੇ ਮੈਂ 5 ਵਜੇ ਘਰੋਂ ਨਿਕਲ ਕੇ, ਇੱਥੇ ਸਕੂਲ ਬੱਸਾਂ ਦਾ ਇੰਨਾ ਰਸ਼ ਹੁੰਦਾ ਨਾ ਮੈਮ, ਇੰਨਾ ਰਸ਼ ਹੁੰਦਾ, ਟੋਏ ਟਿੱਬੇ ਸਕੂਲ ਬੱਸਿਸ ਹੀ ਨਹੀਂ ਮਤਲਬ ਜਾਣ ਦਿੰਦੀਆਂ ਅੱਗੇ। ਲਾਸਟ 6 ਮੰਥ ਪਹਿਲਾਂ ਦੀ ਗੱਲ ਦੱਸਦੀ ਹਾਂ ਤੁਹਾਨੂੰ, 6 ਮੰਥ ਪਹਿਲਾਂ ਕੀ ਹੋਇਆ, 3 ਵਜੇ ਮੈਂ ਸਕੂਲ ਤੋਂ ਆ ਰਹੀ ਸੀਗੀ ਅਤੇ ਇਸੇ ਰੋਡ 'ਤੇ ਬਹੁਤ ਰਸ਼ ਸੀਗਾ, ਜਾਮ ਲੱਗਿਆ ਹੋਇਆ ਸੀ, ਇੱਕ ਬੱਸ ਸਕੂਲ ਦੀ ਖੰਭੇ ਨਾਲ ਟਕਰਾਉਂਦੀ ਹੈ ਰਸ਼ ਕਰਕੇ, ਬਿਕੋਜ਼ ਉਹ ਕੋਸ਼ਿਸ਼ ਕਰ ਰਿਹਾ ਸੀਗਾ ਕਿ ਮੈਂ ਨਿਕਲ ਜਾਂ, ਪਿੱਛੇ ਉਹਦੇ ਮੈਂ ਸੀਗੀ ਅਤੇ ਉਹ ਖੰਭੇ ਨਾਲ ਟਕਰਾਇਆ, ਤਾਰ ਟੁੱਟੀ, ਵਾਇਰ ਟੁੱਟੀ ਅਤੇ ਆ ਕੇ ਮੇਰੀ ਗੱਡੀ ਦੇ ਉੱਤੇ ਗਿਰ ਜਾਂਦੀ ਹੈ। ਉਹ ਤਾਂ ਕੋਇੰਸੀਡੈਂਸ ਕਿ ਮੈਂ ਬਚ ਗਈ। ਤੁਸੀਂ ਦੇਖੋ, ਜੇ ਉਹ ਤਾਰ ਸਕੂਲ ਦੇ ਬੱਚਿਆਂ ਦੀ ਬੱਸ 'ਤੇ ਗਿਰ ਜਾਂਦੀ ਔਰ ਉਹਦਾ ਕਰੰਟ ਆ ਜਾਂਦਾ ਤਾਂ ਕੀ ਹਾਲਤ ਹੋਣੀ ਸੀ ਇੱਥੇ, ਮਤਲਬ ਇੰਨਾ ਮਾੜਾ ਹਾਲ ਹੈ ਨਾ ਇੱਥੇ। ਮੇਰੇ ਮਦਰ ਬਹੁਤ ਬਿਮਾਰ ਸੀਗੇ, ਡਾਕਟਰ ਨੇ ਉਹਨਾਂ ਨੂੰ ਕਿਹਾ ਕਿ ਵਾਕ 'ਤੇ ਜਾਣਾ, ਮੈਂ ਇਕੱਲੇ ਉਹਨਾਂ ਨੂੰ ਵਾਕ ਭੇਜ ਹੀ ਨਹੀਂ ਸਕਦੀ ਸੀ ਕਿਉਂਕਿ ਟੋਏ ਇੰਨੇ ਇੰਨੇ ਪਾਣੀ ਆ ਜਾਣਾ, ਉਹਨਾਂ ਦੇ ਗਿਰਨ ਦਾ ਡਰ, ਕਈ ਵਾਰ ਉਹ ਗਿਰ ਵੀ ਜਾਂਦੇ ਸੀਗੇ, ਇਸ ਕਰਕੇ ਅਸੀਂ ਉਹਨਾਂ ਨੂੰ ਘਰ 'ਚ ਹੀ ਬੰਦ ਰੱਖਦੇ ਸੀ। ਅਸੀਂ ਮੈਂ ਖੁਦ ਆਪਣੇ ਬੱਚਿਆਂ ਨੂੰ ਆਪ ਮੈਂ ਵਾਕ 'ਤੇ ਨਹੀਂ ਜਾ ਸਕਦੀ ਇੱਥੇ, ਇਸ ਸੜਕ ਕਰਕੇ, ਸੜਕ ਕਰਕੇ ਸਿਰਫ, ਹੈ ਨਾ। ਇੱਥੇ ਵੈਸੇ ਤਾਂ ਕੁਛ ਵੀ ਨਹੀਂ ਸਹੀ, ਸੀਵਰੇਜ ਸਿਸਟਮ ਇੱਥੇ ਦਾ ਨਹੀਂ ਸਹੀ, ਪਾਣੀ ਇੱਥੇ ਨਹੀਂ ਸਹੀ, ਇਲੈਕਟ੍ਰੀਸਿਟੀ ਇੱਥੇ ਨਹੀਂ ਸਹੀ। 8 ਸਾਲ ਪਹਿਲਾਂ ਮੈਂ ਇੱਥੇ ਸੋਚ ਕੇ ਇਹ ਨਾ ਇਹ ਸੋਚ ਕੇ ਪਾਇਆ ਸੀ ਘਰ ਇੱਥੇ ਕਿ ਬਹੁਤ ਬਿਊਟੀਫੁਲ ਏਰੀਆ ਹੈਗਾ, ਅਤੇ ਅੱਜ 8 ਸਾਲ ਬਾਅਦ ਮੈਂ ਬਹੁਤ ਰਿਗਰੈਟ ਫੀਲ ਕਰ ਰਹੀ ਹਾਂ ਕਿ ਮੈਂ ਇੱਥੇ ਘਰ ਕਿਉਂ ਪਾਇਆ, ਕਿ ਮੈਂ ਚੰਡੀਗੜ੍ਹ ਹੀ ਪਾ ਲੈਂਦੀ ਇਸ ਤੋਂ ਚੰਗਾ ਤਾਂ ਫਲੈਟ ਹੀ ਲੈ ਲੈਂਦੇ ਅਸੀਂ। ਇਹ ਜ਼ੀਰਕਪੁਰ ਦੇ ਜਿੰਨੇ ਵੀ ਵਿਧਾਇਕ MC ਜਿਹੜੇ ਨੇ ਉਹ ਸੁਣ ਲੈਣ, ਵੀ ਲੋਕ ਰਿਗਰੈਟ ਕਰ ਰਹੇ ਵੀ ਅਸੀਂ ਜ਼ੀਰਕਪੁਰ ਦੇ ਵਿੱਚ ਘਰ ਕਿਉਂ ਪਾ ਲਿਆ, ਹੈ ਨਾ। ਆਂਟੀ ਤੁਸੀਂ ਕੀ ਕਹਿਣਾ ਚਾਹੋਗੇ? ਅੱਛਾ, ਇੱਥੇ ਕਿ ਲੰਬੜਦਾਰ ਹੈਗੇ। ਅੱਛਾ ਜੀ, ਉਹਨਾਂ ਦੇ ਘਰੋਂ ਹੈ, ਸਿਟੀਜ਼ਨ ਹੈ, ਸਾਨੂੰ ਆਉਣ ਜਾਣ ਦੀ ਬਹੁਤ ਔਖੀ ਹੈਗੀ, ਮੀਂਹ ਪੈ ਜੇ ਅਸੀਂ ਤੁਰੇ ਨਹੀਂ ਸਕਦੇ, ਸਕੂਟਰ ਚਲਾਉਂਦੇ ਉਹ ਸਰਦਾਰ ਜੀ ਚਲਾਏ ਨਹੀਂ ਸਕਦੇ, ਬਹੁਤ ਔਖੀ ਹੈਗੀ ਸਾਨੂੰ, ਇਸ ਕਰਕੇ ਕੁਛ ਹੱਲ ਹੋਣਾ ਚਾਹੀਦਾ ਸੜਕ। ਸਿਰਫ NRIs ਨਹੀਂ, ਜਿਹੜੇ ਜ਼ੀਰਕਪੁਰ ਦੇ ਬਿਸ਼ਨਪੁਰਾ ਇਲਾਕੇ ਦੇ ਰਹਿਣ ਵਾਲੇ ਲੋਕ ਨੇ, ਇੱਥੋਂ ਦੇ ਕਾਰੋਬਾਰੀ ਨੇ, ਦੁਕਾਨਾਂ ਚਲਾਉਂਦੇ ਨੇ, ਉਹਨਾਂ ਦੀ ਵੀ ਇਹ ਸਮੱਸਿਆ ਹੈ, ਅਤੇ ਉਹ ਵੀ ਸਾਡੇ ਨਾਲ ਆਪ ਗੱਲਬਾਤ ਕਰਨਾ ਚਾਹੁੰਦੇ ਸੀ ਕਿ ਆਖਿਰ ਇਸ ਰੋਡ ਕਰਕੇ ਉਹਨਾਂ ਦੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ ਕੀ ਫਰਕ ਪੈ ਰਿਹਾ, ਅਤੇ ਉਸ ਦੇ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸਿਓ। ਮੈਡਮ, ਮੇਰਾ ਨਾਮ ਰਾਜਕੁਮਾਰ ਹੈ। ਔਰ ਹੁਣ ਮੈਨੂੰ ਦੱਸੋ ਵੀ ਸਮੱਸਿਆ ਕੀ ਹੈ ਪੂਰੀ? ਮੈਡਮ, 4-5 ਮਹੀਨੇ ਹੋ ਗਏ ਇਹਨਾਂ ਨੇ ਡਰਾਮਾ ਬਣਾਇਆ, ਉੱਦਾਂ ਕਹਿੰਦੇ ਭਗਵੰਤ ਮਾਨ ਕਹਿੰਦੇ ਸਾਨੂੰ ਰੋਜ਼ਗਾਰ ਦੇਵੇ, ਕਿ ਰੋਜ਼ਗਾਰ ਕਿੱਥੇ, ਸਾਡਾ ਰੋਜ਼ਗਾਰ ਤਾਂ ਪੱਟ ਦਿੱਤਾ ਇਹਨਾਂ ਨੇ, ਰੋਟੀ ਦੇ ਵੀ ਲਾਲੇ ਪੜ ਗਏ, ਕਈ ਦੁਕਾਨਾਂ ਤਾਂ ਬੰਦ ਹੋਣ ਵੇਲੇ। ਰੋਟੀ ਦੇ ਲਾਲੇ ਕਿਵੇਂ ਪੈ ਗਏ? ਮੈਡਮ, ਕੰਮ ਹੀ ਨਹੀਂ ਹੈ ਤਾਂ ਕਿੱਥੇ ਰੋਟੀ ਚਲਾਵਾਂਗੇ, ਜਦ ਕੰਮ ਆਏਗਾ ਕੋਈ ਕਸਟਮਰ ਆਏਗਾ, ਸਾਰਾ ਰੋਡ ਤਾਂ ਪੱਟ ਦਿੱਤਾ ਇਹਨਾਂ ਨੇ 5 ਮਹੀਨੇ। ਆਪ ਤੁਸੀਂ ਰੋਡ ਦੀ ਹਾਲਤ ਦੇਖੋ, ਉੱਥੇ ਸਾਡੇ ਦੁਕਾਨ ਦੇ ਅੱਗੇ ਜਾ ਕੇ ਦੇਖੋ, ਡੂੰਘਾ ਜਾਂਦਾ, ਜਦ ਪਾਣੀ ਬਣ ਜਾਂਦਾ ਤਾਂ ਡੂੰਘਾ ਹੋ ਜਾਂਦਾ, ਜਦ ਕਸਟਮਰ ਹੀ ਨਹੀਂ ਆਏਗਾ ਤਾਂ ਅਸੀਂ ਰੋਟੀ ਕਿੱਥੋਂ ਖਾਵਾਂਗੇ। ਸਾਰੇ ਅਫਸਰ ਵੀ ਇੰਨੇ ਬੇਸ਼ਰਮ ਹੈ, ਮੈਂ ਤਾਂ ਖੁਦ ਕਹਿੰਦਾ ਚਾਹ, ਮੈਂ ਫੇਸ ਟੂ ਫੇਸ ਲਾਈਵ ਕਹਿ ਰਿਹਾ, ਮੈਂ ਤਾਂ ਸਾਰੇ ਅਫਸਰ ਵੀ ਬੇਸ਼ਰਮ ਹੈ, SP DSP ਸਾਰੇ, SHO DSP ਸਭ ਨਿਕਲ ਜਾਂਦੇ, ਥੱਲੇ ਸ਼ੀਸ਼ਾ ਚੱਕਦੇ ਆ, ਮੁੜ ਕੇ ਨਿਕਲ ਦੇਖਦੇ ਨੇ ਕਿ ਕਿੱਥੇ ਰੋਡ ਦਾ ਕੀ ਹਾਲ ਹੈ। MCK ਅਫਸਰ ਵੀ ਇੰਨੇ ਭੁੱਖੇ ਨੰਗੇ, ਮੈਂ ਕਹਿੰਦਾ ਇੰਨਾ ਜਿਤਨੇ ਦੁਕਾਨਦਾਰ ਆ ਯਹਾਂ ਸਾਰੇ ਭੁੱਖੇ ਮਲਣਗੇ ਕਗਾਰ ਪਿਆ। ਜਿਸ ਬੰਦੇ ਨੇ ਆਪਣੇ ਘਰ ਜਾਣਾ, ਘਰ ਨਹੀਂ ਜਾ ਸਕਦਾ ਇਸ ਰਸਤੇ ਸੇ, ਘੁੰਮ ਕੇ ਆਤੇ ਹੈ ਉਧਰ ਸੇ ਮੈਰੀਲੈਂਡ ਕੀ ਤਰਫ ਸੇ, ਇਹ ਖਾਲੀ ਪੈਦਲ ਬੰਦਾ ਯਹਾਂ ਕੋ ਸਾਫ ਰਸਤੇ ਸੇ ਵੀ ਨਹੀਂ ਨਿਕਲ ਸਕਦਾ, ਕਿਉਂਕਿ ਖੱਡੇ ਇਤਨੇ ਹੈ।
यहाँ जो हर टाइम मौत का खतरा रहता है। यहाँ ये फुटा पड़ा है, 6 महीने से तो ये देख रहे हैं सीवरेज फुटा पड़ा है हर रोज। हाँ जी, आए दिन और 4-5 एक्सीडेंट रोज होते हैं। कोई लेडीज एक्टिवा लेके जा रही है, वो खड्डे ऐसे खड्डे पट्टे हुए हैं, कोई गटर से गिर जाता है, ठीक है, घट्टो घट कारां वाले दी टक्कर होती है, रोज 4-5 लड़ाई होनी होनी है। जे उरे डस्टबिन नहीं उड़ रही है, रोड तोड़िया होया है कि बंदा आम ना तो पैदल निकल सकता ना व्हीकल लेके। कंप्लेंट्स कीती है किसी नु? कंप्लेंट कर रहे हम कंप्लेंट इन्नी कर चुके हैं कि आप खुद थक चुके हैं। या तो सरकार वालों कोई कंबल टील है, या तो जेडे टेंडर दिया होया उस वाले टील है, कुछ तो है झोल। जेड़ा ये काम कराना नहीं चाहते, जे नहीं काम कराना जेड़ा पहला तो वो भी पट के खा गए, तो वो भी क्यों खाना था। पता लगा कि इथे टेंडर पास हो चुके है, पैसे अलॉट हो चुके ने। मैडम टेंडर पास हो चुके है, काम तो होना चाहिए, 5 महीने होने नु आ गए हैं, इन्ना केड़ा टाइम लगता है? चंडीगढ़ पंचकूले दे विच तो इन्ना टाइम नहीं लगता, आपां 19 सेक्टर दे रहण वाले हैं, 6 महीने दे विच फ्लाईओवर दा काम, लाइट कैमरे सीसीटीवी सिक्योरिटी सारे कटदे रहण वाले। इथे की है फिर? सेक्टर 19 दे रहण वाले, इथे थोड़ी दुकान है। उरे जिद्दण ते इन्हां ने ए पट्टिया रोड, मैं कह रहा जम्मी पट्ठा गोल करदा, दुकानदारी खत्म होगी। हुण जे इन्हां ने जे नहीं बनाना तां जिहड़ा पहले सही चल रहा तो ओही चलण देंदे, दिखावे करने दी क्या लोड़ है? ਇਹ ਤਾਂ ਜਿਹੜਾ ਲੱਗਿਆ ਹੋਇਆ ਤਾਂ ਉਹ ਵੀ ਤਾਰ ਕੇ ਖਾ ਗਏ। ਇੱਕ ਰੋਡ ਪਹਿਲੇ ਐਮਐਲਏ ਸੇ ਮਿਲਿਆ ਥਾ ਮੈਂ ਖੁਦ, ਉਹਨਾਂ ਨੇ ਕਿਹਾ ਥਾ ਵੀ ਅਗਲੇ ਹਫਤੇ ਕੰਮ ਸ਼ੁਰੂ ਹੋ ਜਾਏਗਾ। ਕਿਹੜੇ ਐਮਐਲਏ? ਰੰਧਾਵਾ ਜੀ ਸੇ। ਅੱਛਾ, ਹਾਂ, ਉਹਨਾਂ ਨੇ ਕਿਹਾ ਥਾ ਵੀ ਇੱਕ ਹਫਤੇ ਕੇ ਅੰਦਰ ਕੰਮ ਸ਼ੁਰੂ ਹੋ ਜਾਏਗਾ, ਅੱਜ ਤੱਕ ਤਾਂ ਉਹ ਹਫਤਾ ਨਹੀਂ ਆਇਆ। ਦੇਖੋ ਮੈਮ, ਜਦ ਵੀ ਥੋੜੀ ਜਿਹੀ ਬਾਰਿਸ਼ ਆ ਜਾਂਦੀ ਹੈ ਪੂਰੀ ਫਲੱਡਿੰਗ ਹੋ ਜਾਂਦੀ ਹੈ, ਔਰ ਆਪਣੇ ਜਿਸ ਤਰ੍ਹਾਂ ਪੁਰਾਣੇ ਹਿਸਾਬ ਦੇ ਘਰ ਬਸੇ ਹੋਏ ਆ ਉਹ ਡਾਊਨਵਰਡ, ਹੁਣ ਇਸਕੀ ਟਾਈਲਾਈਜੇਸ਼ਨ ਹੋ ਰਹੀ ਹੈ, ਟਾਈਲ ਆਪ ਮੰਨ ਕੇ ਚਲੋ 6 ਇੰਚ ਦਾ ਫਰਕ ਪੈ ਜਾਏਗਾ। ਜਿਹੜਾ ਘਰ ਪਹਿਲਾਂ ਹੀ ਬਰਾਬਰ ਹੈ ਸੜਕ ਦੇ ਉਹ ਤਾਂ ਪਹਿਲਾਂ ਹੀ ਡੁੱਬ ਗਿਆ, ਕਿਸ ਤਰ੍ਹਾਂ ਡਰੇਨੇਜ ਕਰੋਗੇ ਆਪ? ਪਤਾ ਨਹੀਂ ਕਿਸ ਲੈਵਲ ਕੇ ਕਿਹੜੇ ਇਹਨਾਂ ਕੋਲ ਇੰਜੀਨੀਅਰ ਬੈਠੇ ਆ ਜਿਹੜੇ ਸਦਬੁੱਧੀ ਦੇ ਰਹੇ ਆ, ਸਮਝ ਨਹੀਂ। ਉਸਕੇ ਬਾਅਦ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆਉਂਦੀ ਹੈ, ਰੋਡ ਪੱਟਿਆ ਗਿਆ, ਪਾਰਕਿੰਗ, ਐਡੀ A+ ਕਮੇਟੀ ਹੈ, 200 ਕਰੋੜ ਦਾ ਬਜਟ ਹੈ, ਆਪਣੀ ਪਾਰਕਿੰਗ ਨਹੀਂ ਹੈਗੀ। ਮੈਮ ਤੁਸੀਂ ਆ ਕੇ ਦੇਖਿਓ, 2 ਵਜੇ ਸਕੂਲਿੰਗ ਟਾਈਮ ਹੁੰਦਾ ਬੱਚਿਆਂ ਦਾ, ਘੱਟੋ ਘੱਟ 30 ਬੱਸਾਂ ਆਪ ਨੂੰ ਫਸੀ ਹੋਈ ਮਿਲੂੰਗੀ ਜਾਮ ਦੇ ਵਿੱਚ ਇਸ ਰੋਡ 'ਤੇ, ਕਿਉਂਕਿ ਇਹ ਮੇਨ ਰੋਡ ਹੈ, ਇੱਥੋਂ ਹੀ ਗੁਰੂਕੁਲ ਹੋ ਗਿਆ, ਆਪਣਾ ਮਾਨਵ ਮੰਗਲ XYZ ਜਿੰਨੇ ਵੀ ਹੈ ਸਾਰੇ ਸਕੂਲਾਂ ਦੀ ਆਲਮੋਸਟ ਬੱਸਿਸ ਆਉਂਦੀਆਂ ਉਰੇ। ਉਹ ਬੱਚੇ, ਗਰਮੀ ਦਾ ਮਾਹੌਲ ਹੈ, ਸਿਆਲਾਂ 'ਚ ਵੀ ਇਹੀ ਹਾਲ ਹੈ, ਉਹ ਬੱਚੇ ਘੰਟਾ ਘੰਟਾ ਖੜ੍ਹੇ ਰਹਿੰਦੇ ਆ, ਕੋਈ ਉਹ ਨਹੀਂ, ਕੋਈ ਮਸਲਾ ਨਹੀਂ, ਕੋਈ ਜਵਾਬਦਾਰੀ ਨਹੀਂ, ਪਤਾ ਨਹੀਂ ਕਿਹੜੇ ਕਿੱਥੇ ਅਫਸਰ ਸੋਏ ਪਏ ਹੈ, ਮਤਲਬ ਇਸ ਤਰ੍ਹਾਂ ਕਦ ਤੱਕ ਚੱਲੇਗਾ? ਹੁਣ ਤੁਸੀਂ ਕੀ ਕਹੋਗੇ? ਮਤਲਬ ਮੈਨੂੰ ਇਹ ਲੱਗ ਰਿਹਾ ਵੀ ਸੜਕਾਂ ਦੇ ਮੁੱਦੇ ਹਜੇ ਸਾਡੇ ਸੋਲਵ ਨਹੀਂ ਹੋ ਰਹੇ, 24 ਦੀਆਂ ਇਲੈਕਸ਼ਨ ਦੇ ਅਸੀਂ ਬੜੀਆਂ ਬੜੀਆਂ ਡਿਵੈਲਪਮੈਂਟ ਦੀਆਂ ਗੱਲਾਂ ਕਰ ਰਹੇ ਹਾਂ, ਹਰ ਇੱਕ ਪਾਰਟੀ ਕਰ ਰਹੀ ਹੈ, ਕਿ ਇੱਕ ਚੀਜ਼ਾਂ ਤਾਂ ਇਹ ਹੋ ਗਈਆਂ, ਹੁਣ ਪੜ੍ਹ ਲਿਖ ਕੇ ਇੰਨਾ ਤਾਂ ਲੱਗ ਗਿਆ ਕਿ ਜਾਂ ਤਾਂ ਇਹ ਸਾਡੇ ਨਾਲ ਮਜ਼ਾਕ ਕਰਦੇ ਆ ਜਾਂ ਇਹਨਾਂ ਨੇ ਸਾਨੂੰ ਮੂਰਖ ਸਮਝ ਲਿਆ, ਕਿਉਂਕਿ ਅੱਜ ਤੱਕ ਆਪਾਂ ਹੈਲਥ ਇਸ਼ੂਜ਼, ਐਜੂਕੇਸ਼ਨ ਲੈਵਲ ਉਸ ਤੱਕ ਤਾਂ ਪਹੁੰਚ ਹੀ ਨਹੀਂ ਪਾ ਰਹੇ। ਆਪਾਂ ਤਾਂ ਆਪਣੀ ਤਾਂ ਸੋਚ ਸੜਕ ਨਾਲੀਆਂ ਤੱਕ ਰਹਿ ਗਈਆਂ, ਵੋਟ ਲਾਸਟ 'ਚ ਕਿਆ ਆਊਗੀ? ਤੇਰੇ ਘਰ ਅੱਗੇ ਤਾਂ ਖੰਭਾ ਪੱਟਿਆ ਜਾਊਗਾ, ਵੋਟ ਪਾ ਦੀ, ਤੇਰੀ ਗਲੀਆਂ ਠੀਕ ਹੋ ਜੂਗੀ, ਵੋਟ ਪਾ ਦੀ, ਤੇਰੇ ਘਰ ਪਾਣੀ। ਮੈਮ ਆਪ ਚੈੱਕ ਕਰ ਲਿਓ ਨੀਚੇ ਜਾ ਕੇ, ਇੱਥੇ ਇੱਕ ਲਿਮਿਟਡ ਜਿਹੇ ਏਰੀਏ 'ਚ 5-7 ਟਿਊਬਲ ਲੱਗੇ ਹੋਏ ਹਨ, ਪਿਛਲੇ ਲਗਭਗ 2 ਮਹੀਨੇ ਤੋਂ ਪਾਣੀ ਵੀ ਪੂਰਾ ਨਹੀਂ ਆ ਰਿਹਾ। ਪਾਣੀ ਤਾਂ ਪੂਰਾ ਸੇ ਪੂਰਾ, ਜਿਸ ਤਰ੍ਹਾਂ ਰੋਡ ਪੱਟੀ ਗਈ ਇੱਥੇ ਨੀਚੇ ਸੀਵਰੇਜ ਉਹ ਮਿਕਸਅਪ ਹੋ ਗਿਆ, ਜੌਂਡਿਕਸ ਐਂਡ ਪਾਣੀ ਆ ਰਿਹਾ। ਆਪ ਚਾਹੋ ਤਾਂ ਬੋਟਲ ਸੇ ਭਰਿਆ ਰੱਖਿਆ ਤੁਹਾਨੂੰ ਉਹ ਵੀ ਦਿਖਾ ਦਿਆਂਗੇ। ਕੰਪਲੇਂਟ ਲਿਖਤੀ ਕਰ ਲਈ, ਸਭ ਕੁਛ ਕਰ ਲਿਆ, ਲਾਸਟ 'ਚ ਕਾਰਵਾਈ ਕਦੋਂ ਹੋਈ? ਜਦੋਂ ਡਾਇਰੀਆ ਦੇ ਕੇਸਿਸ ਸਭ ਤੋਂ ਜ਼ਿਆਦਾ 32 ਗਏ, ਇੱਥੋਂ ਰੈਫਰ ਹੋ ਗਏ, ਉੱਥੋਂ ਸਪੈਸ਼ਲ ਟੀਮ ਆਈ, ਇਹਨਾਂ ਨੇ ਡੰਡਾ ਦਿਆ, ਤਾਂ ਜਾ ਕੇ ਉਹ ਜੋ ਠੀਕ ਹੈ। ਇੰਨੀ ਜਵਾਬਦਾਰੀ ਹੈ ਸਾਡੇ ਅਫਸਰਾਂ ਦੀ, ਇੰਨੀ ਜਵਾਬਦਾਰੀ ਹੈ ਮਾਰੇ। ਹੁਣ ਤੁਸੀਂ ਅਪੀਲ ਕਰਨੀ ਹੈ, ਕੀ ਕਹਿਣਾ?
ਅਪੀਲਾਂ ਦਲੀਲਾਂ ਦਾ ਸਾਰੀਆਂ ਖਤਮ ਹੋ ਗਈਆਂ। ਹੁਣ ਫਿਰ ਤੁਹਾਡਾ ਲੋਕ ਕੀ ਚਾਹੁੰਦੇ ਆ? ਪੁੱਛੋ ਤਾਂ ਇੱਕ ਤਾਂ ਇਹ ਮਜਬੂਰੀ ਹੈ ਕਿ ਆਪਾਂ ਨੂੰ ਸਾਡਾ ਤਾਂ ਜੀ ਨਹੀਂ ਕਰਦਾ ਵੋਟ ਪਾਉਣ ਦਾ, ਸੱਚ ਇਹ ਹੈ। ਹੁਣ ਲੋਕ ਕਹਿੰਦੇ ਉਤਸ਼ਾਹ ਨਹੀਂ ਲਿਆ, ਲੋਕ ਕਦ ਤੱਕ ਵੇਟ ਕਰਨਗੇ? ਬਦਲਾਅ ਆਪਾਂ ਕਰਕੇ ਦੇਖ ਲਿਆ, ਸਾਰੀ ਚੀਜ਼ਾਂ ਆਪਾਂ ਵਰਤ ਕੇ ਦੇਖ ਲਈਆਂ, ਨਹੀਂ ਆ ਰਿਹਾ। ਲਾਸਟ 'ਚ ਸਾਡੇ ਇਸ਼ੂਜ਼ ਉੱਥੇ ਦੇ ਉੱਥੇ ਖੜ੍ਹੇ ਆ, ਜਿਹੜੇ ਪੁਰਾਣੇ ਗਏ ਦੇ ਨਏ ਆ ਕੇ ਬਾਤ ਹੋਈ। ਕੋਈ ਰਹਿਣ ਵਾਲੇ? ਹਾਂ, ਮੈਂ ਇੱਧਰ ਜ਼ੀਰਕਪੁਰ 'ਚ, ਗਾਜ਼ੀਪੁਰ ਰੋਡ 'ਚ। ਅੱਛਾ, ਇੱਥੋਂ ਦੀ। ਤੁਹਾਨੂੰ ਕੀ ਪ੍ਰੋਬਲਮ ਆਉਂਦੀ ਹੈ ਇਸ ਸੜਕ ਕਰਕੇ? ਮੈਮ, ਸੜਕ 'ਤੇ ਤਾਂ ਬਹੁਤ ਬੁਰਾ ਹਾਲ ਹੈ, ਬਹੁਤ ਪਰੇਸ਼ਾਨ ਹੋ ਚੁੱਕੇ ਹਾਂ, ਔਰ ਲਾਈਟ ਨਹੀਂ ਆਤੀ। ਹਮਾਰੀ ਡੈਰੀ ਹੈ, ਡੰਗਰ ਪੂਰਾ ਪੂਰਾ ਦਿਨ ਦੋ ਦੋ ਦਿਨ ਪਾਣੀ 'ਚ ਤਿਸ਼ਾਏ ਰਹੇ। ਪਾਣੀ ਕੀ ਸਮੱਸਿਆ ਹੈ, ਸੜਕਾਂ 'ਤੇ ਸਮੱਸਿਆ ਹੈ, ਬੱਚੇ ਪਰੇਸ਼ਾਨ ਹੋ ਗਏ, ਬਹੁਤ ਸਮੱਸਿਆ ਜੀ, ਬਹੁਤ ਪਰੇਸ਼ਾਨ। ਠੀਕ ਹੈ, ਤਾਂ ਤੁਸੀਂ ਇਹ ਮੇਰੀ ਨਾ ਅਕੈਡਮੀ ਸੀਗੀ, ਮੈਂ 18 ਸਾਲ ਅਕੈਡਮੀ ਚਲਾਈ ਆ ਜ਼ੀਰਕਪੁਰ, ਜ਼ੀਰਕਪੁਰ ਆਪਣੇ ਘਰ 'ਚ ਹੀ, ਹੈ ਨਾ, ਮਤਲਬ ਨਾਲ ਵਾਲੇ ਘਰ 'ਚ ਚਲਾਈ ਆ ਮੈਂ 18 ਸਾਲ। ਹੁਣ ਇਹ ਹਾਲਾਤ ਹੋ ਗਏ ਸੀ ਕਿ ਪੇਰੈਂਟਸ ਰੋਡ ਕਰਕੇ ਬੱਚਿਆਂ ਨੂੰ ਮੇਰੇ ਕੋਲ ਭੇਜਣਾ ਬੰਦ ਕਰ ਗਏ ਸੀ, ਅਤੇ ਮੈਂ ਉਸ ਅਕੈਡਮੀ ਬੰਦ ਕਰ ਚੁੱਕੀ ਹਾਂ ਜਸਟ ਬਿਕੋਜ਼ ਆਫ ਰੋਡ, ਕਿਉਂਕਿ ਕਈ ਬੱਚੇ ਗਿਰ ਜਾਂਦੇ ਸੀ, ਕਈਆਂ ਦਾ ਐਕਸੀਡੈਂਟ ਹੁੰਦਾ, ਸਾਈਕਲਿੰਗ ਬੱਚੇ ਨਹੀਂ ਕਰ ਸਕਦੇ, ਬੱਚਿਆਂ ਨੇ ਤਾਂ ਸਾਈਕਲਸ 'ਤੇ ਹੀ ਆਉਣਾ, ਹੈ ਨਾ, ਪੇਰੈਂਟਸ ਕੋਲ ਇੰਨਾ ਟਾਈਮ ਹੀ ਨਹੀਂ ਹੈ। ਬੱਚੇ ਆਉਂਦੇ ਆਉਂਦੇ ਸੱਟਾਂ ਖਾ ਲੈਂਦੇ ਸੀ ਬਹੁਤ ਸਾਰੀਆਂ, ਅਤੇ ਜਿਵੇਂ ਬਾਰਿਸ਼ ਹੋਣੀ, ਬੱਚਿਆਂ ਨੇ ਚਿੱਕੜ 'ਚ ਗਿੱਲੇ ਹੋ ਜਾਣਾ, ਗਿਰ ਕੇ ਜਾਣਾ, ਤਾਂ ਮੇਰਾ ਉਹ ਅਕੈਡਮੀ ਦਾ ਕੰਮ ਬੰਦ ਹੋ ਚੁੱਕਿਆ। ਠੀਕ ਹੈ। ਹਾਂਜੀ, ਬਿਸ਼ਨਪੁਰੇ ਕਮੇਟੀ ਰੋਡ 'ਤੇ ਆਪਾਂ ਖੜ੍ਹੇ ਹੈਗੇ, ਜਿਹਦੀ ਆਪਾਂ ਗੱਲ ਕਰਕੇ ਹਟੇ ਹਾਂ ਹੁਣੇ। ਆਹ ਸਵਰਗ ਦੁਆਰ ਹੈ ਜਿੱਥੇ ਬੰਦਾ ਡੈਥ ਤੋਂ ਬਾਅਦ ਕ੍ਰੀਮੇਟ ਕੀਤਾ ਜਾਂਦਾ ਹੈ, ਬਰਨ ਕੀਤਾ ਜਾਂਦਾ, ਜਿਹੜੇ ਆਪਣੇ ਰਿਚੁਅਲਸ ਦੇ ਹਿਸਾਬ ਨਾਲ। ਇਹਦੀ ਰੋਡ 'ਤੇ ਬੰਦਾ ਆਉਂਦਾ ਆਉਂਦਾ ਪਹਿਲਾਂ ਤਾਂ ਅੱਧਾ ਰਹਿ ਜੇ, ਜੇ ਬੰਦੇ ਨੇ ਕਿਸੇ ਨੇ ਆਪਣੇ ਲਵਡ ਵਨਸ ਨੂੰ ਇੱਥੇ ਕ੍ਰੀਮੇਟ ਕਰਨਾ ਹੈਗਾ, ਉਹ ਤਾਂ ਆ ਹੀ ਨਹੀਂ ਸਕਦਾ, ਪੈਦਲ ਭੁੱਲ ਜਾਓ ਤੁਸੀਂ ਕਿ ਉਹ ਆ ਪਾਊਗਾ ਜਾਂ ਉਹਨੂੰ ਐਸੋਸੀਏਟ ਕਰ ਪਾਊਗਾ। ਅਤੇ ਦੂਜੀ ਗੱਲ, ਜੇ ਇੱਥੇ ਆ ਵੀ ਗਿਆ, ਪਹੁੰਚ ਗਿਆ, ਇੱਥੇ ਦੀ ਹਾਲਤ ਤੁਸੀਂ ਦੇਖੋ, ਇੰਨੀ ਅਨਹੈਲਦੀ ਹਾਲਤ ਹੈ ਕਿ ਆਪਾਂ ਕ੍ਰੀਮੇਸ਼ਨ ਗਰਾਊਂਡ, ਜਿਹੜਾ ਕਿ ਇੱਕ ਅੰਤਿਮ ਸੰਸਕਾਰ ਜਿਹਨੂੰ ਆਪਾਂ ਕਹਿੰਦੇ ਹਾਂ, ਜਿਹੜਾ ਲਾਸਟ ਰਾਈਟ ਕਰਦੇ ਹਾਂ ਆਪਾਂ ਕਿਸੇ ਨੂੰ ਵਿਦਾ ਕਰਦੇ ਹਾਂ ਜਾਣ ਦੇ ਲਈ, ਉਹ ਵੀ ਜੇ ਆਪਾਂ ਉਹਨਾਂ ਨੂੰ ਪੀਸਫੁੱਲ ਜਾਂ ਆਪਾਂ ਸਾਫ਼ ਸੁਥਰਾ ਨਹੀਂ ਦੇ ਸਕਦੇ, ਕੀ ਇਹ ਜਾਇਜ਼ ਹੈ? ਇੱਕ ਕੱਚੀ ਰੋਡ ਹੈ, ਇਹ ਰੋਡ ਵੀ ਨਹੀਂ ਮੈਂ ਕਹਿ ਸਕਦਾ, ਇਹ ਮੈਨੂੰ ਲੱਗਦਾ ਕਿ ਜਿਹੜੀ ਖੇਤਾਂ ਨੂੰ ਆਪਾਂ ਪਹੀ ਕਹਿੰਦੇ ਹਾਂ ਉਹਦੇ ਨਾਲੋਂ ਵੀ ਮਾੜੀ ਹੈ ਇਹ। ਅਤੇ ਪੁਲਿਸ ਸਟੇਸ਼ਨ ਦੀ ਰੋਡ ਤੁਸੀਂ ਜਾ ਕੇ ਜ਼ੂਮ ਇਨ ਕਰਕੇ ਦੇਖ ਸਕਦੇ ਹੋ, ਪ੍ਰੀਟੀ ਬੈਡ ਸਿਚੁਏਸ਼ਨ, ਬਹੁਤ ਜ਼ਿਆਦਾ ਗ੍ਰਿਮ ਹੈ, ਕਿਉਂਕਿ ਅਕਸਰ ਸਾਨੂੰ ਤਹਿਸੀਲਾਂ ਦਾ ਕੰਮ ਪੈਂਦਾ, ਅਤੇ ਇਹ ਇਹ ਇੱਕ ਬੇਨਤੀ ਹੈ ਕਿ ਪਲੀਜ਼, ਜੇ 500 ਮੀਟਰ ਤੱਕ ਦਾ ਵੀ ਆਪਾਂ ਏਰੀਆ ਨਹੀਂ ਆਪਾਂ ਕਵਰ ਕਰ ਸਕਦੇ ਤਾਂ ਬਹੁਤ ਸ਼ਰਮਨਾਕ ਗੱਲ ਹੈ ਆਪਣੇ। ਜੇ ਆਪਾਂ ਇਹਨੂੰ ਮੋਡੀਫਾਈ ਕਰਾਂਗੇ ਜਾਂ ਇਹਨੂੰ ਆਪਾਂ ਬਿਊਟੀਫਾਈ ਕਰਾਂਗੇ ਤਾਂ ਆਪਣੇ ਕੋਲ ਹੋਰ ਬਿਜ਼ਨਸ ਵੀ ਆਊਗਾ, ਆਪਣੇ ਆਪਾਂ ਮੋਟੀਵੇਟ ਹੋਵਾਂਗੇ ਕਿ ਜ਼ੀਰਕਪੁਰ 'ਚ ਅਸੀਂ ਇਨਵੈਸਟ ਕਰੀਏ, ਰਾਦਰ ਦੈਨ ਹੁਣ ਇਹ ਲੱਗਦਾ ਕਿ ਇਟਸ ਟੂ ਮੱਚ ਇੱਥੇ, ਮੈਨੂੰ ਲੱਗਦਾ ਨਹੀਂ ਕਿ ਆਉਣ ਵਾਲੇ ਸਮੇਂ 'ਚ ਕੋਈ ਵੀ NRI ਭਾਈਚਾਰਾ ਰਹਿਣਾ ਚਾਹੂ। ਦੇਖ ਹੀ ਰਹੇ ਤੁਸੀਂ ਕੀ ਪ੍ਰੋਬਲਮ ਨੇ ਹੁਣ, ਇਹ ਤਾਂ ਮੈਨੂੰ ਖੁਦ ਆਪ ਨਹੀਂ ਪਤਾ, ਮੈਂ ਤਾਂ ਇੱਥੇ ਮੈਨੂੰ 4-5 ਸਾਲ ਦਾ ਇਹੀ ਦੇਖ ਰਿਹਾ ਕਿ ਇੰਨੀ ਇੱਥੇ ਮਨੇ ਚੀਜ਼ਾਂ ਸਾਰੀਆਂ ਅੱਛੀਆਂ ਵਾਲੀਆਂ, ਕਚਹਿਰੀਆਂ ਆ, ਪੁਲਿਸ ਸਟੇਸ਼ਨ ਆ, ਗਊਸ਼ਾਲਾ ਆ, ਇੱਥੇ ਆ ਆ, ਉਹਦੇ ਬਾਅਦ ਵੀ ਇਹ ਹਾਲਤ ਆ ਇਹਨਾਂ ਦਾ। ਹਜੇ ਮੈਂ ਆਉਂਦਾ ਉਹਦਾ ਮੈਡਮ ਨਾਲ ਇਹੀ ਗੱਲ ਕਰ ਰਿਹਾ ਸੀਗਾ ਕਿ ਯਾਰ ਇਹ ਤਾਂ ਪਹਿਲਾਂ ਹੋਣੀ ਚਾਹੀਦੀ ਸੜਕ, ਇਹ ਵੀ ਨਹੀਂ, ਬਾਕੀਆਂ ਦਾ ਤਾਂ ਛੱਡ ਹੀ ਦਿਓ, ਰੋਜ਼ ਸਾਲ ਐਕਸੀਡੈਂਟ ਹੋ ਰਿਹਾ, ਰੋਜ਼ ਡਰ ਲੱਗਦਾ, ਮੈਂ ਤਾਂ ਰੋਡ 'ਤੇ ਗੱਡੀ ਚਲਾਉਣਾ ਡਰ ਲੱਗਦਾ, ਨਹੀਂ ਤਾਂ ਮੈਂ ਨਹੀਂ ਤਾਂ ਗੱਡੀ ਫਸਟ ਕਲਾਸ ਚਲਾਉਣਾ, ਚੰਡੀਗੜ੍ਹ ਰਹਿੰਦਾ ਸੀ ਪਹਿਲਾਂ, ਹੁਣ ਇੱਥੇ ਆ ਕੇ ਦੇਖ ਕੇ ਬੁਰਾ ਹਾਲ ਆ ਇਹਨੂੰ ਤਾਂ। ਬਲਕਿ ਤੁਸੀਂ ਲੋਕ ਮੈਨੂੰ ਇਹਨੂੰ ਕਹੋ ਕਿ ਬਈ ਕਿੱਦਾਂ ਖਾਲੀ ਵੋਟਾਂ ਲੈਣ ਨੂੰ ਆ ਜਾਂਦੇ ਆ ਕਿ ਸਾਨੂੰ ਜੀ ਵੋਟ ਦਿਓ, ਇਸ ਵਾਰ ਦੇਖੋ ਸਾਡੀ ਸੜਕ ਸਹੀ ਹੋਊਗੀ ਜਾਂ ਤੁਹਾਡਾ ਕੰਮ ਸਹੀ ਹੋਊ, ਮਗਰ ਅੱਜ ਤੱਕ ਨਹੀਂ ਹੋਇਆ। ਇਹ ਹਾਲਾਤ ਦੇਖ ਕੇ ਸਾਲਾ ਡਰ ਲੱਗਦਾ ਆ ਕਿ ਮਨੇ ਤਾਂ ਹੀ ਲੋਕ ਬਾਹਰ ਨੱਠ ਰਹੇ ਆ, ਇੰਡੀਆ ਕਿਉਂ ਛੱਡ ਰਹੇ ਆ ਇਹ ਸਭ ਹਾਲਤ ਕਰਕੇ। ਉੱਪਰੋਂ ਗਰਮੀ ਇੰਨੀ, ਨਾ ਕੋਈ ਪੇੜ ਨਾ ਪੌਦਾ, ਖਾਲੀ ਕੰਕਰੀਟ ਵਾਲੇ ਚੀਜ਼ਾਂ ਬਣੀ ਜਾ ਰਹੀਆਂ, ਮਕਾਨ, ਕੋਠੀਆਂ, ਦੁਕਾਨਾਂ, ਉਹ ਤ੍ਰਿਪਲ ਸੀ ਬਣ ਗਿਆ ਤਾਂ ਉਹ ਬਣ ਗਿਆ, ਉਹ ਹੈ ਉੱਥੇ ਬੰਦਾ ਕੋਈ ਵੀ ਨਹੀਂ ਲੈਣ ਵਾਲਾ, ਪਰ ਕਰਾਊਡ ਇੰਨਾ ਇਕੱਠਾ ਕੀਤਾ ਆ, ਸ਼ਾਮ ਨੂੰ ਸਵੇਰੇ ਕਿਸੇ ਟਾਈਮ ਤੁਸੀਂ ਰੋਡ ਨੂੰ ਨਹੀਂ ਪਾਰ ਕਰ ਸਕਦੇ, ਘੰਟਾ ਲੱਗ ਜਾਂਦਾ ਜਾਣ ਨੂੰ, ਉਹ ਤਾਂ ਸਕੂਟਰ 'ਤੇ ਆ, ਤਦ ਵੀ ਸਾਲਾ ਇਹ ਹਾਲ ਆ।
ਤਾਂ ਇੱਥੋਂ ਦੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਤੋਂ ਬਾਅਦ ਅਸੀਂ ਮਿਊਂਸੀਪਲ ਕਾਰਪੋਰੇਸ਼ਨ ਦਫ਼ਤਰ ਜ਼ੀਰਕਪੁਰ ਦੇ ਵਿੱਚ ਆਏ, ਇੱਥੋਂ ਦੇ ਅਫਸਰਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਸਾਨੂੰ ਜਵਾਬ ਦਿੱਤਾ ਕਿ ਇਲੈਕਸ਼ਨ ਡਿਊਟੀ ਹੋਣ ਕਰਕੇ ਅੱਜ ਦਫ਼ਤਰ ਦੇ ਵਿੱਚ ਕੋਈ ਵੀ ਅਧਿਕਾਰੀ ਜਿਹੜਾ ਉਹ ਮੌਜੂਦ ਨਹੀਂ ਹੈ। ਪਰ ਜਦੋਂ ਅਸੀਂ ਸੜਕ ਦੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਨੂੰ ਸਮਾਂ ਚਾਹੀਦਾ, ਅਸੀਂ ਇਸ ਦੇ ਉੱਤੇ ਕੰਮ ਕਰ ਰਹੇ ਹਾਂ, ਸੜਕ ਜ਼ਰੂਰ ਬਣੇਗੀ, ਪਰ ਫਿਲਹਾਲ ਮੀਂਹ ਨਹੀਂ ਪੈ ਰਹੇ ਇਸ ਕਰਕੇ ਅਸੀਂ ਸੜਕ ਦਾ ਕੰਮ ਰੋਕਿਆ ਹੋਇਆ, ਕਿਉਂਕਿ ਜੇ ਹੁਣ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਫਿਰ ਮੀਂਹ ਪਵੇਗਾ ਅਤੇ ਸੜਕ ਦੱਬ ਜਾਵੇਗੀ। ਫਿਰ ਅਸੀਂ ਸਵਾਲ ਕੀਤਾ ਕਿ ਆਖਿਰ ਸੜਕ ਬਣੇਗੀ ਕਦੋਂ, ਉਹ ਕਹਿੰਦੇ ਬਸ ਬਣ ਰਹੀ ਹੈ, ਜਦੋਂ ਇੱਕ ਵਾਰ ਮੀਂਹ ਪੈ ਜਾਣਗੇ ਉਸ ਤੋਂ ਬਾਅਦ ਇਸ ਸੜਕ ਨੂੰ ਪੱਕਾ ਬਣਾ ਦਿੱਤਾ ਜਾਵੇਗਾ। ਜਾਣੀ ਕਿ ਲੋਕਾਂ ਦੀ ਸ਼ਿਕਾਇਤ MC ਦਫ਼ਤਰ ਪਹੁੰਚੀ ਹੋਈ ਹੈ, ਦਫ਼ਤਰ ਨੂੰ ਪਤਾ ਵੀ ਹੈ, ਅਧਿਕਾਰੀਆਂ ਨੂੰ ਪਤਾ ਵੀ ਹੈ ਕਿ ਇਹ ਮੁਸ਼ਕਿਲ ਹੈਗੀ ਹੈ ਲੋਕਾਂ ਦੇ ਸਾਹਮਣੇ, ਉਹਨਾਂ ਦੇ ਸਾਹਮਣੇ ਵੀ ਹੋਊਗੀ ਕਿਉਂਕਿ ਉਹ ਆਪ ਇੱਥੋਂ ਲੰਘਦੇ ਨੇ। ਪਰ ਕਿਤੇ ਨਾ ਕਿਤੇ ਕੰਮ ਦੇ ਵਿੱਚ ਢਿੱਲੀ ਕਾਰਗੁਜ਼ਾਰੀ ਅਸੀਂ ਜ਼ਰੂਰ ਕਹਿ ਸਕਦੇ ਹਾਂ ਕਿ ਅਫਸਰਾਂ ਦੇ ਵੱਲੋਂ ਵਰਤੀ ਜਾ ਰਹੀ ਹੈ।